ਪੀਡੀਸੀ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਮਨਿੰਦਰ ਸਿੰਘ ਮੌਂਗਾ। ਜਿਸ ਥਾਂ 'ਤੇ ਇਸ ਵੇਲੇ ਮੈਂ ਖੜ੍ਹਾਂ, ਇਸ ਥਾਂ 'ਤੇ ਇਸ ਵੇਲੇ ਤਾਪਮਾਨ 42 ਡਿਗਰੀ ਹੈ। ਇਸ ਤਪਦੀ ਗਰਮੀ ਦੇ ਵਿੱਚ, ਇਸ ਕੜਕਦੀ ਧੁੱਪ ਦੇ ਵਿੱਚ ਜੇ ਕੋਈ ਆਮ ਵਿਅਕਤੀ ਥੋੜ੍ਹੀ ਦੇਰ ਵੀ ਖੜ੍ਹਾ ਹੋਵੇ ਤਾਂ ਉਹ ਬਿਮਾਰ ਹੋ ਸਕਦਾ, ਬੇਹੋਸ਼ ਹੋ ਸਕਦਾ ਜਾਂ ਸਿਹਤ ਸੰਬੰਧੀ ਕੋਈ ਹੋਰ ਮੁਸ਼ਕਲ ਪੈਦਾ ਹੋ ਸਕਦੀ ਹੈ। ਪਰ ਜਿਨ੍ਹਾਂ ਲੋਕਾਂ ਦੇ ਨਾਲ ਅੱਜ ਤੁਹਾਡੀ ਮੈਂ ਮੁਲਾਕਾਤ ਕਰਾਉਣ ਜਾ ਰਿਹਾ, ਉਹਨਾਂ 'ਤੇ ਇਸ ਪਿੰਡਾਂ 'ਚ ਉਸਾਉਂਦੀ ਗਰਮੀ ਦੇ ਬੁਰੇ ਪ੍ਰਭਾਵਾਂ ਦਾ ਕੋਈ ਅਸਰ ਨਹੀਂ, ਉਹਨਾਂ ਨੂੰ ਇਸ ਤਪਦੀ ਗਰਮੀ ਦੀ ਕੋਈ ਪਰਵਾਹ ਨਹੀਂ, ਕਿਉਂਕਿ ਮਾਮਲਾ ਹੈ ਦੇਸ਼ ਦੀ ਰੱਖਿਆ ਦਾ। ਮੈਂ ਇਸ ਵੇਲੇ ਮੌਜੂਦ ਹਾਂ ਭਾਰਤ ਪਾਕਿਸਤਾਨ ਸਰਹੱਦ 'ਤੇ, ਜਿੱਥੇ BSF ਦੇ ਜਵਾਨ ਸਰਦੀ ਗਰਮੀ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੀ ਰੱਖਿਆ ਦੇ ਲਈ 24 ਘੰਟੇ ਸਿਰ 'ਤੇ ਕਫਨ ਬੰਨ ਕੇ ਪਹਿਰਾ ਦਿੰਦੇ ਨੇ। ਤਾਂ ਤੁਹਾਨੂੰ ਦਿਖਾਵਾਂਗੇ ਕਿ BSF ਦੇ ਇਹਨਾਂ ਜਵਾਨਾਂ 'ਚ ਇਹ ਜਜ਼ਬਾ ਕਿੰਝ ਆਉਂਦਾ, ਇਹ ਪ੍ਰੇਰਣਾ ਕਿੱਥੋਂ ਮਿਲਦੀ ਹੈ, ਕਿੱਥੋਂ ਇੰਨਾ ਜੋਸ਼ ਆਉਂਦਾ ਕਿ ਘਰਾਂ ਪਰਿਵਾਰਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਰਹਿ ਕੇ ਵੀ ਇਹ ਖਿੜੇ ਮੱਥੇ ਦੇਸ਼ ਦੀ ਸੇਵਾ ਦੇ ਲਈ, ਦੇਸ਼ ਦੀ ਰੱਖਿਆ ਦੇ ਲਈ ਹਰ ਵੇਲੇ ਇੱਥੇ ਤੈਨਾਤ ਰਹਿੰਦੇ ਨੇ, ਦੁਸ਼ਮਣ 'ਤੇ ਬਾਜ ਅੱਖ ਰੱਖਦੇ ਨੇ, ਤਸਕਰਾਂ 'ਤੇ ਤਿੱਖੀ ਨਜ਼ਰ ਰੱਖਦੇ ਨੇ, ਦੇਸ਼ ਵਿਰੋਧੀ ਤਾਕਤਾਂ 'ਤੇ ਹਰ ਵੇਲੇ ਇਹਨਾਂ ਦੀ ਨਜ਼ਰ ਬਣੀ ਰਹਿੰਦੀ ਹੈ। ਚੁਣੌਤੀਆਂ ਵੀ ਬਹੁਤ ਨੇ, ਕਿਤੇ ਡਰੋਨ ਦੇ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਆਉਂਦੇ ਨੇ, ਕਿਤੇ ਦੁਸ਼ਮਣ ਵੱਲੋਂ ਹੋਰ ਦੇਸ਼ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਇਹ ਫਸਟ ਲਾਈਨ ਆਫ ਡਿਫੈਂਸ BSF ਦੇ ਜਵਾਨ ਜਿਹੜੇ ਹਰ ਵੇਲੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੀ ਰੱਖਿਆ ਦੇ ਲਈ 24 ਘੰਟੇ ਇੱਥੇ ਤੈਨਾਤ ਰਹਿੰਦੇ ਨੇ, ਚਾਹੇ ਪਿੰਡਾਂ 'ਚ ਉਸਾਉਂਦੀ ਗਰਮੀ ਹੋਵੇ ਜਾਂ ਫਿਰ ਦੇਸ਼ ਦੇ ਕਿਸੇ ਹੋਰ ਹਿੱਸੇ 'ਚ ਫੀਲ ਤੂਫਾਨ ਹੋਣ, ਹਨੇਰੀਆਂ ਕਾਲੀਆਂ ਰਾਤਾਂ ਹੋਣ, ਪਰ ਇਹਨਾਂ ਦੇ ਜਜ਼ਬੇ, ਇਹਨਾਂ ਦੇ ਜੋਸ਼ 'ਤੇ ਕੋਈ ਅਸਰ ਮੌਸਮ ਦਾ ਜਿਹੜਾ ਉਹ ਦੇਖਣ ਨੂੰ ਨਹੀਂ ਮਿਲਦਾ। ਔਰ ਹਮੇਸ਼ਾ ਦੇਸ਼ ਦੀ ਰੱਖਿਆ ਦੇ ਜਜ਼ਬੇ ਦੇ ਨਾਲ ਇਹ ਇਸੇ ਤਰ੍ਹਾਂ ਆਪਣੀ ਡਿਊਟੀ ਨੂੰ ਅੰਜਾਮ ਦਿੰਦੇ ਨੇ। ਹਾਲਾਂਕਿ ਇਸ ਤਪਦੀ ਗਰਮੀ ਦੇ ਵਿੱਚ ਅਸੀਂ ਸਭ ਲੋਕ ਆਪਣੇ ਘਰਾਂ ਦਫ਼ਤਰਾਂ ਦੇ ਵਿੱਚ AC, ਕੂਲਰ ਜਾਂ ਪੱਖੇ ਦੇ ਨਾਲ ਆਪਣੇ ਆਪ ਨੂੰ ਗਰਮੀ ਤੋਂ ਬਚਾਉਂਦੇ ਹਾਂ, ਪਰ ਦੇਸ਼ ਦੀ ਸਰਹੱਦ 'ਤੇ ਜੇਕਰ ਸਿਰਫ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ 545 ਕਿਲੋਮੀਟਰ ਸਰਹੱਦ ਹੈ ਜੋ ਪਾਕਿਸਤਾਨ ਦੇ ਨਾਲ ਲੱਗਦੀ ਹੈ। ਔਰ ਇਸੇ ਤਰ੍ਹਾਂ ਇਹ ਕੰਡਿਆਲੀ ਤਾਰ ਜਿਹੜੀ ਹੈ ਜਿਸ ਤੋਂ ਪਾਰ ਪਾਕਿਸਤਾਨ ਹੈ, ਸਿਰਫ ਮੌਸਮ ਹੀ ਨਹੀਂ ਚੁਣੌਤੀਆਂ ਦੀ ਇੱਕ ਲੰਬੀ ਲਿਸਟ ਹੈ। ਸਰਹੱਦ ਤੋਂ ਪਾਰ ਨਸ਼ੀਲੇ ਪਦਾਰਥ ਭੇਜੇ ਜਾਂਦੇ ਨੇ ਪੰਜਾਬ ਦੀ ਜਵਾਨੀ ਨੂੰ ਗਰਕ ਕਰਨ ਦੇ ਲਈ, ਹਥਿਆਰ ਭੇਜੇ ਜਾਂਦੇ ਨੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਲਈ, ਤਾਂ ਇਹ ਕੋਸ਼ਿਸ਼ਾਂ ਜਾਰੀ ਰਹਿੰਦੀਆਂ। ਇਸ ਤੋਂ ਇਲਾਵਾ ਤਾਰੋ ਪਾਰ ਜ਼ਮੀਨਾਂ 'ਤੇ ਵਾਹੀ ਇੱਕ ਵੱਡੀ ਚੁਣੌਤੀ ਹੈ, ਜਿੱਥੇ ਖੇਤੀ ਦੇ ਲਈ ਕਿਸਾਨ ਪਹੁੰਚਦੇ ਨੇ ਉੱਥੇ ਦੇਸ਼ ਵਿਰੋਧੀ ਤਾਕਤਾਂ ਵੀ ਓਨੀ ਸਰਗਰਮ ਰਹਿੰਦੀਆਂ। ਤਾਂ ਤਾਰੋ ਪਾਰ ਖੇਤੀ ਵੀ ਇੱਕ ਵੱਡੀ ਚੁਣੌਤੀ ਰਹਿੰਦੀ ਹੈ BSF ਦੇ ਇਹਨਾਂ ਜਵਾਨਾਂ ਦੇ ਲਈ। ਅਸੀਂ ਸਭ ਆਪਣੇ ਘਰਾਂ ਦੇ ਅੰਦਰ ਆਪਣੇ ਪਰਿਵਾਰਾਂ ਦੇ ਨਾਲ ਮਹਿਫੂਜ਼ ਰਹਿੰਦੇ ਹਾਂ, ਕਿਉਂਕਿ BSF ਦੇਸ਼ ਦੀ ਸਰਹੱਦ 'ਤੇ 24 ਘੰਟੇ ਪੂਰੀ ਤਨਦੇਹੀ ਦੇ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ। ਤਾਂ ਗੱਲਬਾਤ ਕਰਾਂਗੇ BSF ਦੇ ਇਹਨਾਂ ਜਵਾਨਾਂ ਦੇ ਨਾਲ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਖਾਸ ਸਿਖਲਾਈ ਇਹਨਾਂ ਨੂੰ ਹਾਸਲ ਰਹਿੰਦੀ ਹੈ ਔਰ ਇਹ ਜਜ਼ਬਾ, ਇਹ ਜੋਸ਼, ਇਹ ਜਨੂੰਨ ਕਿਸ ਤਰ੍ਹਾਂ ਇਹਨਾਂ 'ਚ ਪੈਦਾ ਹੁੰਦਾ, ਇਹ ਪ੍ਰੇਰਣਾ ਕਿੱਥੋਂ ਮਿਲਦੀ ਹੈ।
ਮੇਰਾ ਨਾਮ ਸੁਖਵਿੰਦਰ ਹੈ, ਮੈਂ ਪੰਜਾਬ ਦਾ ਗੁਰਦਾਸਪੁਰ ਦਾ ਰਹਿਣ ਵਾਲਾ। ਕਿੰਨੇ ਸਾਲ ਹੋ ਗਏ BSF 'ਚ? ਮੇਰੇ BSF 'ਚ 15 ਸਾਲ ਕੰਪਲੀਟ ਹੋ ਗਏ, 16ਵਾਂ ਸਾਲ ਚੱਲ ਰਿਹਾ। ਇਸ ਤਰ੍ਹਾਂ ਦੀ ਇਹ ਟ੍ਰੇਨਿੰਗ ਹੁੰਦੀ ਹੈ ਕਿ ਇੰਨੀ ਤਪਦੀ ਗਰਮੀ 'ਚ ਵੀ ਤੁਹਾਡੇ ਚਿਹਰੇ 'ਤੇ ਕੋਈ ਸ਼ਿਕਨ ਨਜ਼ਰ ਨਹੀਂ ਆ ਰਹੀ ਸੀ, ਖਿੜੇ ਮੱਥੇ ਦੇਸ਼ ਦੀ ਰੱਖਿਆ ਦੇ ਲਈ ਆਪਣੀ ਡਿਊਟੀ ਨੂੰ ਅੰਜਾਮ ਦੇ ਰਹੇ ਹੋ, ਇਹ ਤਪਦੀ ਗਰਮੀ ਕੋਈ ਪਰੇਸ਼ਾਨੀ ਨਹੀਂ ਕਰਦੀ? ਕੋਈ ਪਰੇਸ਼ਾਨੀ? ਟ੍ਰੇਨਿੰਗ 'ਚ ਕਠਿਨਾਈਆਂ ਤਾਂ ਕਾਫੀਆਂ ਹੁੰਦੀਆਂ ਔਨ ਡਿਊਟੀ, ਜਿਵੇਂ ਮਤਲਬ ਹਰ ਸਟੇਟ ਦਾ ਮੌਸਮ ਅਲੱਗ ਅਲੱਗ, ਉਸੇ ਤਰ੍ਹਾਂ ਦੀਆਂ ਕਠਿਨਾਈਆਂ ਨੂੰ ਝੇਲਣਾ ਪੈਂਦਾ ਹੈ। ਜਿਵੇਂ ਤੁਸੀਂ ਲੈ ਲਓ ਕਿ ਪੰਜਾਬ, ਰਾਜਸਥਾਨ, ਇੱਥੇ ਗਰਮੀ ਹੁੰਦੀ ਹੈ, ਗਰਮੀ ਨੂੰ ਝੇਲਣਾ ਪੈਂਦਾ। ਕਸ਼ਮੀਰ ਲੈ ਲਓ ਅਤੇ ਉੱਥੇ ਠੰਡ ਦਾ ਇਲਾਕਾ ਹੈ, ਉਸੇ ਤਰ੍ਹਾਂ ਦੀ ਜਿਵੇਂ ਦਾ ਮੌਸਮ ਉਵੇਂ ਦੀ ਪਰੇਸ਼ਾਨੀ ਹੈ। ਲੇਕਿਨ ਚਲੋ, ਸਾਨੂੰ ਟ੍ਰੇਨਿੰਗ ਦੇ ਦੌਰਾਨ ਹਰ ਚੀਜ਼ ਇਸੇ ਤਰ੍ਹਾਂ ਸਿਖਾਈ ਜਾਂਦੀ ਹੈ ਕਿ ਅਸੀਂ ਉਸ ਚੀਜ਼ ਨੂੰ ਕਰ ਸਕੀਏ। ਘਰ ਕਿੰਨੀ ਦੇਰ ਬਾਅਦ ਚੱਕਰ ਲੱਗਦਾ? ਘਰ 2 ਤੋਂ 3 ਮਹੀਨੇ ਬਾਅਦ ਘਰ ਚੱਕਰ ਲੱਗ ਜਾਂਦਾ। ਚਲੋ, ਲੋਕਲ ਹੈ ਪੰਜਾਬ 'ਚ ਇਸ ਕਰਕੇ, ਨਹੀਂ ਤਾਂ ਕਈਆਂ ਨੂੰ 6-6 ਮਹੀਨੇ ਵੀ ਹੋ ਜਾਂਦੇ ਘਰ ਗਿਆ ਨੂੰ। ਪਰਿਵਾਰ ਤੋਂ ਦੂਰ ਰਹਿਣਾ ਪੈਂਦਾ? ਹਾਂ, ਪਰਿਵਾਰ ਤੋਂ ਦੂਰ ਰਹਿਣਾ, ਬੱਚਿਆਂ ਤੋਂ ਦੂਰ ਰਹਿਣਾ, ਕਈ ਚੀਜ਼ਾਂ ਤੁਹਾਨੂੰ ਪਤਾ ਮਿਸ ਕਰਨੀਆਂ ਪੈਂਦੀਆਂ, ਪ੍ਰੋਗਰਾਮ ਫੰਕਸ਼ਨਾਂ 'ਚ ਨਹੀਂ ਜਾ ਸਕਣਾ। ਰਿਸ਼ਤੇਦਾਰੀ, ਵਿਆਹ ਸ਼ਾਦੀ ਕੋਈ ਆਵੇ? ਹਾਂਜੀ, ਕਈ ਫੰਕਸ਼ਨ ਨਹੀਂ ਅਟੈਂਡ ਕਰ ਪਾਉਂਦਾ ਬੰਦਾ, ਅਤੇ ਚਲੋ ਆਪਣੀ ਹੁਣ ਦੇਸ਼ ਦੀ ਸੇਵਾ ਡਿਊਟੀ ਨਿਭਾਉਣੀ ਪੈਂਦੀ ਹੈ। ਅਭਿਸ਼ੇਕ ਜੀ, ਕੀ ਹਾਲ ਚਾਲ? ਕਹਾਂ ਕੇ ਰਹਿਣੇ ਵਾਲੇ ਹੋ? ਮੈਂ ਸਰ ਉੱਤਰ ਪ੍ਰਦੇਸ਼ ਕਾਨਪੁਰ ਕਾ ਰਹਿਣੇ ਵਾਲਾ ਹੂੰ। ਕਿਤਨੇ ਸਾਲ ਹੋ ਗਏ ਸਰ? ਮੇਰਾ ਸਰ 13 ਸਾਲ ਕੰਪਲੀਟ ਹੋ ਗਏ ਔਰ 14ਵਾਂ ਸਾਲ ਰਨਿੰਗ ਹੈ। ਇਤਨੀ ਗਰਮੀ ਮੇਂ ਨਿਕਲ ਰਹੇ ਯਹਾਂ, ਪਾਣੀ ਠੰਡਾ ਮਿਲ ਜਾਤਾ ਆਪਕੋ? ਠੰਡਾ ਪਾਣੀ ਨਹੀਂ, ਹਮਾਰੇ ਪਾਸ ਹਰ ਪੁਆਇੰਟਸ ਪੇ ਹਮਾਰੇ ਮਟਕੇ ਰਹਿਤੇ ਹੈ ਪਾਣੀ ਕੇ, ਤੋ ਹਮ ਪਾਣੀ ਉਸਮੇਂ ਰਹਿਤਾ ਔਰ ਹਮਾਰੇ ਪਾਸ ਵਾਟਰ ਬੋਟਲ ਵੀ ਹੋਤੀ ਹੈ ਔਰ ਬਾਕੀ ਨੋਰਮਲ ਵਾਟਰ ਰਹਿਤਾ ਹੈ। ਹਾਂ, ਨੋਰਮਲ ਵਾਟਰ ਰਹਿਤਾ ਹੈ ਔਰ ਗਰਮੀ ਮੇਂ ਤੋ ਵੋ ਵੀ ਗਰਮ ਹੋ ਜਾਤਾ ਹੋਗਾ? ਵੋ ਵੀ ਗਰਮ ਹੋ ਜਾਤਾ ਹੈ, ਲੇਕਿਨ ਅਭੀ ਹਮਾਰੀ ਆਦਤ ਹੋ ਗਈ ਹੈ ਤੋ ਹਮੇਂ ਕੋਈ ਪ੍ਰੋਬਲਮ ਨਹੀਂ ਹੋਤੀ ਹੈ। ਐਸੀ ਪੂਰੀ ਮੋਟੀ ਵਰਦੀ, ਹੈਵੀ ਸ਼ੂਜ਼, ਹੈਵੀ ਗਨ, ਇਸ ਸਭ ਕਾ ਮੌਸਮ ਮੇਂ ਕੋਈ ਫਰਕ ਨਹੀਂ ਪੜਤਾ? ਕੋਈ ਫਰਕ ਨਹੀਂ ਪੜਤਾ, ਇਹ ਜੋ ਦੇਸ਼ ਪ੍ਰੇਮ ਕਾ ਜਜ਼ਬਾ ਹੈ, ਇਸਕੇ ਆਗੇ ਸਰਦੀ, ਮੌਸਮ, ਬਰਸਾਤ, ਕੋਈ ਫਰਕ ਨਹੀਂ ਪੜਤਾ ਹੈ ਹਮੇਂ। ਦੇਸ਼ਵਾਸੀ ਇਸੀ ਲਈ ਚੈਨ ਕੀ ਨਹੀਂ ਸੋ ਪਾਤੇ ਕਿਉਂਕਿ ਆਪ ਯਹਾਂ ਤੈਨਾਤ ਰਹਿਤੇ? ਹਮ ਉਨਕਾ ਪਿਆਰ, ਆਸ਼ੀਰਵਾਦ ਹੈ ਇਸ ਵਜ੍ਹਾ ਸੇ ਔਰ ਹਮੇਂ ਜੋਸ਼ ਹਮਾਰਾ ਬਰਕਰਾਰ ਰਹਿਤਾ ਹੈ ਕਿ ਉਨਕਾ ਆਸ਼ੀਰਵਾਦ ਹਮੇਸ਼ਾ ਹਮਾਰੇ ਸਾਥ ਰਹਿਤਾ ਹੈ, ਤੋ ਹਮ ਔਰ ਹਰ ਨਏ ਦਿਨ, ਹਰ ਸੁਬਹ ਔਰ ਨਏ ਜੋਸ਼ ਔਰ ਤਾਕਤ ਸੇ ਦੇਸ਼ ਸੇਵਾ ਕੇ ਲੀਏ ਹਮੇਸ਼ਾ ਬਾਰਡਰ ਪਰ ਧਿਆਨ ਰਹਿਤਾ ਹੈ। ਇਹ ਜੋਸ਼ ਆਤਾ ਕਹਾਂ ਸੇ, ਇਤਨਾ ਜੋਸ਼ ਕੈਸੇ ਮੇਂ? ਜੋਸ਼ ਹਮਾਰਾ ਹਮੇਸ਼ਾ ਦੇਸ਼ਵਾਸੀਓਂ ਕੇ ਦੇਹਰਾ ਵਰਦੀ ਕਾ ਜੋਸ਼, ਜਬ ਹਮ ਵਰਦੀ ਪਹਿਨਤੇ ਹੈ ਤੋ ਵਰਦੀ ਪਹਿਨਤੇ ਹੀ ਅਲੱਗ ਜੋਸ਼ ਹਮਾਰਾ ਬੜ ਜਾਤਾ ਹੈ ਔਰ ਜੋ ਹਮ ਤਿਰੰਗਾ ਹੈ ਹਮਾਰਾ, ਤਿਰੰਗਾ ਕੋ ਦੇਖਤੇ ਹੈ, ਤਿਰੰਗੇ ਕੋ, ਤੋ ਵੋ ਜੋਸ਼ ਹਮੇਸ਼ਾ ਬਰਕਰਾਰ ਰਹਿਤਾ ਹੈ ਔਰ ਆਪਣੇ ਪੂਰੇ ਤਨ ਮਨ ਧਨ ਸੇ ਆਪਣੀ ਦੇਸ਼ ਸੇਵਾ ਕੇ ਲਈ ਹਮੇਸ਼ਾ ਤਤਪਰ ਰਹਿਤੇ ਹੈ ਕਿਸੀ ਵੀ ਮੌਸਮ ਮੇਂ। ਖੂਨ ਤੇਜ਼ੀ ਸੇ ਦੌੜਤਾ ਹੈ? ਖੂਨ ਵਰਦੀ ਪਹਿਨ ਤੋ ਪੂਰਾ ਖੂਨ ਇਕਦਮ। ਚੈਲੇਂਜਸ ਬਹੁਤ ਹੈ ਆਪਕੇ ਲੀਏ, ਤੋ ਜੈਸੇ ਅਭੀ ਡਰੋਨ ਸੇ ਬੜਾ ਕੁਛ ਆਤਾ ਹੈ ਉਧਰ ਸੇ ਔਰ ਜੋ ਕਿਸਾਨ ਵਹਾਂ ਕਾਮ ਕਰਤੇ ਉਨਕੇ ਜ਼ਰੀਏ ਵੀ ਕਈ ਵਾਰ ਕੁਛ ਕੋਸ਼ਿਸ਼ ਕੀ ਜਾਤੀ ਹੈ, ਤੋ ਕੈਸੇ ਇਸ ਪਰ ਨਜ਼ਰ ਰੱਖੀ? ਇਸ ਲਈ ਡਰੋਨ ਕੇ ਲੀਏ ਹਮ ਲੋਕ ਨਾਈਟ, ਡੇ ਨਾਈਟ ਹਮ ਤੈਨਾਤ ਰਹਿਤੇ ਉਨਕੇ ਲੀਏ ਹਮਾਰੇ ਪਾਸ ਕੁਛ ਮਸ਼ੀਨਰੀ ਹੈ ਜਿਨਕੀ ਵਜ੍ਹਾ ਸੇ ਹਮ ਡਰੋਨ ਪੇ ਨਿਗਰਾਨੀ ਕਰਤੇ ਹੈ ਔਰ ਜੋ ਕਿਸਾਨ ਵਗੈਰਾ ਉਨਕੇ ਤੋ ਹਮਾਰੇ ਜਵਾਨ ਹਮੇਸ਼ਾ ਬਾਰਡਰ ਪੇ ਤਤਪਰ ਰਹਿਤੇ ਹੈ, ਪੈਟਰੋਲਿੰਗ ਹੈ, ਡਿਊਟੀ ਵਗੈਰਾ ਹਮੇਸ਼ਾ ਤੈਨਾਤ ਰਹਿਤੇ ਹੈ, ਤੋ ਉਨਕੀ ਜੋ ਵੀ ਕੋਸ਼ਿਸ਼ ਸੇ ਹੋਤੀ ਹੈ ਹਰ ਕੋਸ਼ਿਸ਼ ਕੋ ਹਮ ਨਾਕਾਮ ਕਰਨੇ ਕੇ ਲੀਏ ਹਮੇਸ਼ਾ ਯਹਾਂ ਖੜੇ ਰਹਿਤੇ ਹੈ। ਅੱਛਾ, ਗਰਮੀ ਮੇਂ ਇੱਕ ਔਰ ਦਿੱਕਤ ਰਹਿਤੀ ਹੋਗੀ, ਅੰਦਰ ਜੋ ਜ਼ਮੀਨ ਕੇ ਅੰਦਰ ਕੀੜੇ ਮਕੌੜੇ ਹੋਤੇ ਹੈ ਵੋ ਵੀ ਬਾਹਰ ਆ ਜਾਤੇ ਹੈ, ਸਾਂਪ ਵੀ ਜ਼ਿਆਦਾ ਬਾਹਰ ਆਤੇ ਹੈ? ਹਾਂ, ਸਾਂਪ ਵੀ ਬਹੁਤ ਆਤੇ ਹੈ, ਗਰਮੀਓਂ ਮੇਂ ਕੀੜੇ ਮਕੌੜੇ ਕਾਫੀ ਨਿਕਲਤੇ ਹੈ, ਲੇਕਿਨ ਸਾਂਪ ਸੇ ਬਚਨੇ ਕੇ ਲੀਏ ਹਮੇਂ ਇੱਕ ਲਿਕੁਇਡ ਹੋਤਾ ਹੈ ਜੋ ਦਿਆ ਜਾਤਾ ਹੈ, ਜੋ ਪਾਸ ਮੇਂ ਰੱਖਤੇ ਹੈ ਤੋ ਉਸਕੇ ਆਸ ਪਾਸ ਫਿਰ ਸਾਂਪ ਨਹੀਂ ਆਤਾ ਹੈ, ਉੱਪਰ ਸੇ ਫਿਰ ਹਮਾਰੇ ਸੂਜ਼ ਹੋਤੇ ਹੈ ਹਾਈ ਐਂਕਲ ਕੇ, ਜੋ ਮੁਝੇ ਕਾਫੀ ਹਮੇਂ ਮਦਦ ਕਰਤੇ ਹੈ, ਅਗਰ ਸਾਂਪ ਵਗੈਰਾ ਆ ਜਾਤਾ ਹੈ ਤੋ ਹਾਈ ਐਂਕਲ ਸੂਜ਼ ਕੀ ਵਜ੍ਹਾ ਸੇ ਵੋ ਫਿਰ ਕਾਟ ਨਹੀਂ ਪਾਤੇ ਹੈ। ਕਭੀ ਡਰ ਨਹੀਂ ਲੱਗਤਾ?
डर नहीं लगता, देश प्रेम के आगे फिर डर और कुछ नहीं लगता सर। अच्छा, डाइट का कुछ खास ध्यान रखते हैं? डाइट का सर खाते हैं अच्छा, हमें मेस में हमें खाना बढ़िया, सुबह प्रॉपर हमारा ब्रेकफास्ट होता है अच्छे से, जो कैलोरीज वगैरह हमें लेनी चाहिए हर तरह से ध्यान रख के हमारा जो मेनू चार्ट होता है वो बनाया जाता है, और खाने में कोई कोताही नहीं होती, जैसा हमें हर मौसम के हिसाब से हमें खाना पर्याप्त खाना अच्छा मिलता है। मर्जी अच्छा खाना मिलता हो, घर के खाने की या तो आती होगी? बिल्कुल भाजी, घर के या माँ के हाथ के खाने की और बीवी के हाथ के खाने की याद ही आती है, लेकिन अब यही कुछ सैक्रिफाइसेस होते हैं जो करने पड़ते हैं, फौजी लाइफ है तो फौज के लिए देश के लिए तो आए हैं, तो बाकी कुछ तो छोड़ना पड़ता ही है सर। त्यौहार है जो हर बंदे का दिल करता है कि परिवार के साथ मिल बैठ के हो, तो आपका परिवार यही होता है सर? बिल्कुल, परिवार हमारा ये है ही, यहाँ भी यही हमारा परिवार है, और जब भी मौका मिलता तो हम त्यौहार वगैरह घर में भी जाके मना के आते हैं, जैसे छुट्टियाँ मिल जाती हैं होली दीपावली वगैरह में तो हम जाते हैं घर में, और नहीं मिलती है तो ये भी हमारा परिवार, हम यहाँ अपने परिवार के साथ भी मनाते हैं और पूरे जोश और खुश होकर मनाते हैं। टारगेट एक ही है कि देश की रक्षा? टारगेट बस एक ही है, देश की रक्षा करना है, और उसके लिए हम हर परिस्थिति में तैयार रहते हैं। बिल्कुल, हर तरह के हालात जिन्हें तो मर्जी मुश्किल तो मुश्किल हालात हों, हर वेले इस तरह तैनात रहना है, और इन्हां दे जवानां दे मोढा जोड़ के ड्यूटी ते तैनात रहिंदी है मेरा जवान। सत श्री अकाल जी। आम तौर पर यह कहा जाता है कि औरतां मतलब मर्दां दे मुकाबले उन्नी ताकत नहीं हुंदी, थोड़ी कमज़ोर गिणियां जाँदियाँ, पर असीं देखिया उही 5 किलो की गन तुसीं पकड़ी हुई है, उही 1.5 किलो के शूज तुसीं पाए हुए है, उही मोटी वर्दी, ਕੋਈ ਫਰਕ ਤਾਂ ਨਹੀਂ ਹੈਗਾ? ਨਹੀਂ ਸਰ, ਇਹਦੇ ਵਿੱਚ ਕੋਈ ਫਰਕ ਨਹੀਂ ਹੈ। ਅੱਜ ਦੇ ਜ਼ਮਾਨੇ ਵਿੱਚ ਕੁੜੀਆਂ ਵੀ ਇਸ ਮੁੰਡੇ ਤੋਂ ਘੱਟ ਨਹੀਂ ਹੈ, ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਕੁੜੀਆਂ ਜਿੱਦਾਂ ਦੀ ਹੈ, ਅੱਜ ਦੇ ਜ਼ਮਾਨੇ ਵਿੱਚ ਕੁੜੀਆਂ ਦਾ ਹੀ ਤੌਰ ਚੱਲੇਗਾ, ਮੈਨੂੰ ਤਾਂ ਇਹ ਲੱਗਦਾ। ਜਿੱਦਾਂ ਇਹ ਜਜ਼ਬਾ ਕਿਸ ਤਰ੍ਹਾਂ ਪੈਦਾ ਹੁੰਦਾ ਹੈ, ਮਤਲਬ ਇੰਨੀ ਟਫ ਕੰਡੀਸ਼ਨ ਹੈ, ਇੰਨੀ ਜ਼ਿਆਦਾ ਗਰਮੀ ਹੈ ਕਿ ਆਮ ਬੰਦਾ ਇੱਥੇ ਥੋੜ੍ਹੀ ਦੇਰ ਵੀ ਖੜ੍ਹ ਜੇ ਤਾਂ ਬੇਹੋਸ਼ ਹੋ ਜਾਊਗਾ, ਅਤੇ ਤੁਸੀਂ ਖੇੜੇ ਮੱਤੇ ਇੱਥੇ ਡਿਊਟੀ ਦੇ ਰਹੇ ਹੋ? ਸਰ, ਜਦੋਂ ਆਪਾਂ ਯੂਨੀਫਾਰਮ ਪਾ ਲੈਂਦੇ ਨਾ ਆਪਣੀ, ਤਾਂ ਜਜ਼ਬਾ ਸਾਨੂੰ ਉਦੋਂ ਹੀ ਆ ਜਾਂਦਾ ਹੈ ਕਿ ਆਪਾਂ ਦੇਸ਼ ਦੀ ਰੱਖਿਆ ਕਰਨੀ ਹੈ, ਜਿੱਦਾਂ ਮਰਜ਼ੀ ਧੁੱਪ ਹੋਵੇ ਚਾਹੇ ਸ਼ਾਮ ਹੋਵੇ। ਪਰੇਸ਼ਾਨ ਇਹ ਮੌਸਮ ਪਰੇਸ਼ਾਨ ਨਹੀਂ ਕਰਦਾ? ਨਹੀਂ ਸਰ, ਆਪਣੀ ਯੂਨੀਫਾਰਮ ਦੇ ਅੱਗੇ ਤਿਰੰਗੇ ਦੇ ਅੱਗੇ ਕੁਛ ਵੀ ਸਾਨੂੰ ਨਹੀਂ ਲੱਗਦਾ। ਕੋਈ ਖਾਸ ਪ੍ਰੀਕੋਸ਼ਨ ਰੱਖਦੇ ਹੋ ਇਸ ਗਰਮੀ ਤੋਂ ਬਚਣ ਦੇ ਲਈ? ਜੀ ਸਰ, ਅਸੀਂ ਰੱਖਦੇ ਹਾਂ, ਉਹ ਵੀ ਰਹਿੰਦੇ ਹਾਂ, ਅਤੇ ਨਾਲ ਗੁਲਕੋਂਡੀ ਵਗੈਰਾ ਔਰ ਰਸ ਵਗੈਰਾ ਪੀਂਦੇ ਰਹਿੰਦੇ ਹਾਂ, ਅਤੇ ਨਾਲ ਸਾਨੂੰ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਵਾਉਂਦੇ ਆ। ਪੂਰੀ ਕੇਅਰ ਕੀਤੀ ਜਾਂਦੀ ਜੀ? ਪਰਿਵਾਰ ਦੀ ਯਾਦ ਤਾਂ ਜ਼ਾਹਰ ਜੀ ਗੱਲ ਹੈ, ਬੱਚੇ ਹੈ, ਪਰਿਵਾਰ ਹੈ, ਇਹ ਸਭ ਤੋਂ ਦੂਰ ਰਹਿਣਾ ਕਿੰਨਾ ਕੁ ਮੁਸ਼ਕਿਲ ਲੱਗਦਾ? ਸਰ, ਮੁਸ਼ਕਿਲ ਤਾਂ ਹਰ ਚੀਜ਼ ਹੁੰਦੀ ਹੈ, ਜਿੱਥੇ ਮਰਜ਼ੀ ਚੱਲ ਜਾਓ, ਅੱਜ ਦੇ ਜ਼ਮਾਨੇ ਵਿੱਚ ਘਰ ਤੋਂ ਰਹਿਣਾ ਦੂਰ ਸੌਖਾ ਨਹੀਂ ਹੈ, ਬਹੁਤ ਔਖਾ ਹੈ, ਪਰ ਉਹਨਾਂ ਦੇ ਕਰਕੇ ਹੀ ਆਪਾਂ ਆਏ ਇੱਥੇ। ਡਿਸੀਜ਼ਨ ਲਿਆ BSF ਚਾਹੁਣ ਦਾ, ਫੈਮਿਲੀ ਨੇ ਕਿੰਨਾ ਸਪੋਰਟ ਕੀਤਾ? ਫੈਮਿਲੀ ਨੇ ਬਹੁਤ ਸਪੋਰਟ ਕੀਤਾ ਹੈ, ਹਰ ਚੀਜ਼ ਦੇ ਲਈ ਸਪੋਰਟ ਕੀਤਾ ਹੈ ਸਾਨੂੰ, ਕਿ ਹਾਂ ਅੱਗੇ ਕੁੜੀਆਂ ਵਧਣਗੀਆਂ ਤਾਂ ਸਾਨੂੰ ਵੇਖ ਕੇ ਹੋਰ ਵੀ ਕੁੜੀਆਂ ਆਉਣਗੀਆਂ। ਬਿਲਕੁਲ, ਕੁੜੀਆਂ ਅੱਗੇ ਵਧਣਗੀਆਂ, ਔਰ ਇਹੀ ਪ੍ਰੇਰਨਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਹੈ ਕਿ ਕੁੜੀਆਂ ਕਿਤੇ ਵੀ ਮੁੰਡਿਆਂ ਦੇ ਨਾਲੋਂ ਘੱਟ ਨਹੀਂ ਹੈਗੀਆਂ। ਕੀ ਕਹਿਣਾ ਚਾਹੋਗੇ? ਕੀ ਨਾਮ ਹੈ ਤੁਹਾਡਾ, ਕਿੱਥੋਂ ਦੇ ਰਹਿਣ ਵਾਲੇ? ਸਰ, ਮੇਰਾ ਨਾਮ ਪ੍ਰੀਤੀ ਹੈ, ਮੈਂ ਹਰਿਆਣਾ ਸੇ ਰਹਿਣ ਵਾਲੀ ਹੂੰ, ਔਰ ਆਪ ਬੋਲ ਰਹੇ ਹੋ ਕਿ ਲੜਕੀਆਂ ਲੜਕੋਂ ਸੇ ਕਮ ਨਹੀਂ ਹੈ, ਬਿਲਕੁਲ ਇਹ ਬਾਤ ਸਹੀ ਹੈ ਕਿ ਲੜਕੀਆਂ ਆਜ ਕੇ ਹਰ ਖੇਤਰ ਮੇ ਲੜਕੋਂ ਕੇ ਬਰਾਬਰ ਹੈ। ਅੱਛਾ, ਘਰ ਸੇ ਪਰਿਵਾਰ ਸੇ ਦੂਰ ਆ ਕੇ, ਕੋਈ ਪੰਜਾਬ ਕਾ, ਕੋਈ ਹਰਿਆਣਾ ਕਾ, ਕੋਈ ਯੂਪੀ ਕਾ, ਐਸੇ ਕੈਸਾ ਮਾਹੌਲ ਬਣਤਾ ਜੀ? ਸਭ ਜੈਸੇ ਟ੍ਰੇਨਿੰਗ ਹੋਤੀ ਤੋ ਉਸ ਟਾਈਮ ਪੇ ਸਭੀ ਸਾਥ ਰਹਿਤੇ ਹਮ ਲੋਗ, ਤੋ ਜੈਸੇ ਫਿਰ ਬਾਅਦ ਮੇ ਏਕ ਫੈਮਿਲੀ ਕੀ ਤਰ੍ਹਾਂ ਰਹਿਤੇ ਹੈ, ਤੋ ਸਭ ਏਕ ਜੈਸੇ ਲਗਤਾ ਹੈ ਕਿ ਹਾਂ ਹਮ ਸਾਥੀ ਹੈ, ਏਕ ਪਰਿਵਾਰ ਮਾਨ ਕੇ ਚਲਤੇ ਹੈ ਇਸਕੋ ਹਮ।
या हम घर से ज़्यादा टाइम अपना यही निकालते हैं ना, तो सब फैमिली मेम्बर समझ के सबके साथ अच्छा बिहेवियर करते हैं और सभी मतलब अच्छा मोटिवेट भी करते हैं। घर के अंदर आमतौर पर मतलब ਪੰਜਾਬੀ 'ਚ ਕਹਿੰਦੇ ਚੌਕਾ ਚੁੱਲ੍ਹਾ ਹੈ ਨਾ, ਮਤਲਬ ਲੇਡੀਜ਼ ਉੱਥੇ ਤੱਕ ਰਹਿ ਜਾਂਦੀ ਆ ਲਿਮਿਟਡ, ਅਤੇ ਜਦੋਂ ਘਰ ਖਾਣਾ ਵੀ ਬਣਾ ਰਹੇ ਹੁੰਦੇ ਤਾਂ ਪਸੀਨੋ ਨਾਲ ਬੁਰੀ ਹਾਲਤ ਹੋਈ ਹੁੰਦੀ ਗਰਮੀਆਂ ਦੇ ਵਿੱਚ, ਪਰ ਤੁਹਾਡੇ ਚਿਹਰੇ 'ਤੇ ਕੋਈ ਸ਼ਿਕਰ ਨਜ਼ਰ ਨਹੀਂ ਆ ਰਹੀ ਗਰਮੀ ਦੀ। वो तो सर देखो हमारी जब ट्रेनिंग होती है तो हमें इस तरीके से मोटिवेट या और ट्रेनिंग भी इसी तरीके से दी जाती है कि हम हर सिचुएशन का डटकर सामना कर सके, चाहे मौसम धूप का हो, बारिश हो, तूफान आंधी हो, कैसी भी हो, उसकी ट्रेनिंग हमें दी जाती है अच्छे से। पर ये मोटिवेशन कैसे मिलती है कि 8-10-12 घंटे की ड्यूटी है और पूरा ऐसे गन उठा के हैवी शूज़ पूरी मोटी वर्दी, पर जैसा मर्जी 45 टेम्परेचर हो जाए 50 हो जाए कोई दिक्कत नहीं सर? देखो एक तो मेरा बचपन से सपना था कि मैं फौजी बनूँ, ओ उस चीज़ को लेके मोटिवेट भी रहता है हमेशा। और जैसे दूसरी हमने की वर्दी जब पहन ली है तो उसके बाद में वर्दी पहनने के बाद में एक अलग से जुनून आता है कि कुछ भी हो जाए चाहे, पर हार नहीं माननी है, बस हर सिचुएशन में आगे रहना। चैलेंजेस बहुत हैं, जैसे पाकिस्तान की तरफ से अक्सर ही तस्करी की स्मगलिंग की कोशिश की जाती है हथियार या नशीले पदार्थ भेजने की, तो नज़र कैसे रखी जाती है और रिएक्शन क्या होता है जब आप उस तरफ हलचल देखते हो? सर जैसे हम देखते रहते हैं, इधर से अगर कुछ भी दिखता है तो पहली बात तो है कि हम अपनी तरफ से पूरा चैलेंज तैयार रहते हैं अगर कुछ भी हो जाए। दूसरी बात अगर दिख रहा है कि हाँ कोई आ रहा है या कुछ भी हो रहा है तो अपने सीनियर कमांडर को पहले बताते हैं हम, उसके बाद वो जो बोलते हैं हम वही कार्रवाई करते हैं। अटैक करना पड़ सकता है जब भी? अगर ज़रूरत पड़ी उन्होंने ऑर्डर दे दिया तो फिर हम अटैक करने के लिए तैयार हैं। आज देश का हर नागरिक अगर चैन की नींद सो रहा है, चाहे एसी में बैठा है, चाहे कूलर में बैठा है, चाहे पंखे के नीचे बैठा है, तो वो आपकी वजह से है क्योंकि आप यहाँ तैनात हो। कोई देशवासियों को खास मैसेज देना चाहेंगे आप, खास तौर पे अपनी फैमिली को, क्योंकि ये जब प्रोग्राम टेलीकास्ट होगा तो आपकी फैमिली भी देख रही होगी? सर मैं बोलना चाहूँगी कि मेरी जो फैमिली है वो मतलब बहुत उन्होंने मेरे को मोटिवेट भी किया है कि इधर जाओ, और अच्छा उनको भी प्राउड फील भी होता है कि हमारी गुड़िया है वो अभी फौज में है, उधर सेवा कर रही है। तो मैं अपने देशवासियों को ये बोलना चाहूँगी कि आप लोग निश्चिंत होकर रहिए, हम इधर खड़े हैं बॉर्डर पे तैयार, आपका कोई भी आपसे पहले जैसे कोई भी प्रॉब्लम हो या समस्या हो पहले हमसे ही डटकर वो फिर आपके सामने आएगी। कहाँ के? रीता करकट्टा, मैं छत्तीसगढ़ से। रीता एक बार बताइए, मतलब जैसा भी ये मौसम रहता है ना, यहाँ सर्दी भी ज़्यादा होती है गर्मी भी ज़्यादा होती है, तो इतनी ज़्यादा गर्मी में आप ये जज्बा कैसे मेंटेन कर पाते हो हर वक्त ड्यूटी में पूरी अच्छी तरह से परफॉर्म करने का, चाहे जैसा मर्जी मौसम हो चाहे जैसी मर्जी मुश्किल हो, रात को भी है, अंधेरी भी चलती है, बरसात भी होती है, गर्मी भी होती है, ये वर्दी डाल लेते हैं ना हम, फिर अपने आप जज्बा आ जाता है। और ट्रेनिंग हमें इसी हिसाब से दिया जाता है कि हम हर मौसम में डटकर खड़े रहें बॉर्डर पे। पर कभी दिल नहीं करता ऐसे पेट्रोलिंग करते कि अभी कुछ देर कोई चैन की सांस ली जाए, किसी ट्री के नीचे दरख्त के नीचे बैठ जाएं, थोड़ी देर छांव में बैठ जाएं? सर हम भी इंसान हैं, हमारा भी मन होता है, लेकिन पहले बॉर्डर, सर पहले देश की रक्षा। जी देश वालों को हम यही बोलना चाहेंगे सर, अभी हम बॉर्डर पर तैनात हैं, देश वाले आराम से सुख की चैन की नींद सो सकते हैं, वो लोग आराम से रहे, बेझिझक होके रही अपने घर में, हम लोग हैं इधर बॉर्डर संभालने के लिए, और कोई भी दिक्कत परेशानी आप लोगों तक नहीं पहुंचेगी, हम हैं इधर, बेझिझक रहिए आप लोग। तो हुण जदों पारा 50 डिग्री के करीब पहुंच चुके हैं,
ਹਰ ਕੋਈ ਇਸ ਤਪਦੀ ਗਰਮੀ ਤੋਂ ਬਚਣ ਦੇ ਲਈ ਏਅਰ ਕੰਡੀਸ਼ਨਰ, ਏਅਰ ਕੂਲਰ ਅਤੇ ਪੱਖੇ ਦਾ ਸਹਾਰਾ ਲੈ ਰਿਹਾ ਹੈ। ਕੋਸ਼ਿਸ਼ ਕਰ ਰਿਹਾ ਕਿ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ, ਪਰ ਸੀਮਾ ਸੁਰੱਖਿਆ ਬਲ ਦੇ ਇਹ ਜਵਾਨ ਪੂਰੀ ਤਨਦੇਹੀ ਦੇ ਨਾਲ ਆਪਣੀ ਡਿਊਟੀ ਨਿਭਾ ਰਹੇ ਨੇ, ਦੇਸ਼ ਦੀ ਸਰਹੱਦਾਂ ਦੀ ਰਾਖੀ ਕਰ ਰਹੇ ਨੇ ਤਾਂ ਜੋ ਦੁਸ਼ਮਣ ਤਾਕਤਾਂ ਆਪਣੇ ਨਾਪਾਕ ਹਰਕਤਾਂ ਦੇ ਵਿੱਚ ਕਾਮਯਾਬ ਨਾ ਹੋ ਸਕਣ। ਤਾਂ ਅਸੀਂ ਗਰਾਊਂਡ ਜ਼ੀਰੋ 'ਤੇ ਪਹੁੰਚੇ ਅਤੇ ਦਿਖਾਇਆ ਕਿ ਕਿੰਝ BSF ਦੇ ਜਵਾਨ ਤਪਦੀ ਗਰਮੀ ਦੇ ਬਾਵਜੂਦ ਬੁਲੰਦ ਹੌਸਲੇ ਦੇ ਨਾਲ, ਪੂਰੀ ਮੁਸਤੈਦੀ ਦੇ ਨਾਲ ਆਪਣੇ ਫਰਜ਼ ਦੀ ਅਦਾਇਗੀ ਕਰ ਰਹੇ ਹਨ, ਤਾਂ ਜੋ ਅਸੀਂ ਸੁੱਖ ਦਾ ਸਾਹ ਲੈ ਸਕੀਏ, ਅਸੀਂ ਚੈਨ ਦੀ ਨੀਂਦ ਸੋ ਸਕੀਏ। ਕੈਮਰਾ ਪਰਸਨ ਅਵਤਾਰ ਸਿੰਘ ਦਾ ਨਾਮ ਮਨਿੰਦਰ ਸਿੰਘ ਮੋਂਗਾ, PTC ਨਿਊਜ਼, ਅਟਾਰੀ ਬਾਰਡਰ।